सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। कहते चेक जरूर करना जिन्हू वार्ड दे रहे सही बंदे नू मिले उस स्टेज दे मगर पर्दा लाया सी पर्दे दे मगर खान पीन दा प्रबंध सी स्टेज दे उते फंक्शन चल रहा सी बेचा वार्ड देना सी भी इना नू निमरता था वो जदो स्टेज दे आया निमरता था वार्ड लेना ला ते उन्हू आख्या जी मगर जल पानी छक लो मगर कुर्सियां लगी हैं जल पानी छगन बह गया ते जिन्हां ने वार्ड देना सी ना बहरे नू जान के किया जो रसगुल्ले खड़ने ना प्लेट रसगुल्ले दा रसा जान के दे कुड़ते दे पाउणा आखो साथ ना जान के दे कुड़ते दे थोड़ा जा रसा पा दे वो बहरे ने ओही कीता भी रसगुल्ले देंदा देंदा इंज शो कीता हाथ थड़किया ते कुछ रस्सा ना उहदे कुड़ते ते पै गया रसगुल्ले दा आ गया क्रोध आखो साथ जिनू वार्ड मिलना सी बस जाग पिया अंदर इंज गले तो फड़ लिया बहरे नू फड़ के ना चंगा झंझोड़िया कहिंदा जे अज मैनू वार्ड उहनां नू मिलना हुंदा तैनू मैं जानो मारना प्रबंधकां ने चेक करना सी कि निम्रता मुख दी कि अंदरली मुख दी निम्रता भी लोड़े पर उत्थे चेक होनी है अंदर दी निम्रता गज के आखो सा अंदर दी मैं की सवाद दसा यकीन करो असी ओना सिद्धा च ना आ जाइए ओना पीरा फकीरा च ना आ जाइए साडे बाबे नानक ने किन्ने साल घालना घाल के ओना नू उपदेश ही एहो दिता एक मैं नू मार लो रब कोल ही है ओ मैं दी काई जे सानू चढ़ी है फिर असी भी ओना वा अरदास करियो इस स्टेज तो बोल रहे हैं सतगुरु दी हजूरी च एक गुरबाणी ते एक निम्रता इनू हर वेले नाल रखो मैं गुरु दी हजूरी च कहना वा जिथे तुसी जाओगे बाद च पहुंचोगे बाजां ला पहले पहुंचया करके वेखे तेरे गड्डी च उतरन च भी निम्रता हो पहरावा पाण लगिया भी सौ वारी सोचे जिदे च निम्रता होवे आखो सा बोलां च भी हो मैं ते इत्थों तक कहना है वीरवार एक बेड़े वांगू इत्थे पहुंच के सिर ते हथ रखण वाले हो बाकी संसार वर्गा नक्शा तुहाडे घर चों ना नजर आवे संसार चों नक्शा नजर आवे दूजा पर तुहाडे घर काम करन वाली भी लगी होवे ते काम करन वाली नू ही जी कह के बोलो पता लगे वीरवार कीर्तन ते जान वाली आ रंग आ एक नवेकली खुशबू पता लगे संगत करन वाले दा घर आखो सर आ दिल्ली ने मेरा ख्याल बंगला साहब दे हड़ ग्रंथी ज्ञानी रंजीत सिंह बंगला साहब बाबा तेजेंद्र सिंह जिंदू जी नू कहन लगे भी इधर आए सी पंजाब ਵੀ ਰਾਤ ਤੁਹਾਡੇ ਕੋਲ ਰਹਿਣਾ ਉਹ ਕਹਿੰਦੇ ਸੱਤ ਵਜੇ ਉਹਨਾਂ ਕਿਸੇ ਸੰਗੀ ਘਰ ਭੇਜਤਾ ਜਿਵੇਂ ਤੁਸੀਂ ਸੰਗੀ ਹੋ ਵੀ ਇਹਨਾਂ ਵੱਲ ਰੋ
ਉਹ ਫਿਰ ਇੱਕ ਰਾਤ ਰੁਕੇ ਤੇ ਰੁਕਣ ਤੋਂ ਬਾਅਦ ਅਗਲੇ ਦਿਨ ਫੋਨ ਕਰਦੇ ਆ ਕਹਿੰਦੇ ਨਾਨਕ ਸਰ ਦੇ ਸੰਗੀ ਇਹੋ ਜਿਹੇ ਹੁੰਦੇ ਆ ਤੁਸੀਂ ਰਾਤ ਮੈਨੂੰ ਜਿਨ੍ਹਾਂ ਦੇ ਘਰ ਕੱਟਣ ਭੇਜਿਆ ਮੈਂ ਪਹਿਲੀ ਵਾਰੀ ਉਹ ਪਰਿਵਾਰ ਵੇਖਿਆ ਸਾਰੀ ਰਾਤ ਸੌਂਦਾ ਹੀ ਨਹੀਂ ਹਾਏ ਹਾਏ ਗੱਜ ਕੇ ਆਖੋ ਆਹ ਮੈਸੇਜ ਆਵੇ ਸੰਗਤ ਕਰਨ ਵਾਲੇ ਉਹ ਕਹਿੰਦੇ ਮੈਂ ਪਹਿਲੀ ਵਾਰੀ ਵੇਖਿਆ ਕਿ ਕਈ ਗੁਰਦੁਆਰਿਆਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਸਤਿਕਾਰ ਨਹੀਂ ਕਿ ਜਿਹਨੂੰ ਬਾਬੇ ਆਨੰਦ ਸਿੰਘ ਹੋਣਾ ਦੀ ਸੰਗਤ ਪ੍ਰਾਪਤ ਹੋਈ ਹੈ ਕਿਵੇਂ ਉਹਨਾਂ ਦੇ ਘਰ ਟਾਈਮ ਸਿਰ ਪ੍ਰਕਾਸ਼ ਤੇ ਤਿੰਨ ਵੇਲੇ ਭੋਗ ਲੱਗਦਾ ਉਹ ਸੁਣਦਾ ਹੀ ਨਹੀਂ ਐਡਾ ਰੰਗ ਆਹ ਮੈਸੇਜ ਆਵੇ ਸੰਗਤ ਕਰਨ ਵਾਲੇ ਘਾਲਣਾ ਦੇ ਸੰਬੰਧ ਚ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਸੰਬੰਧ ਚ ਨਿਮਰਤਾ ਦੇ ਸੰਬੰਧ ਵਿੱਚ ਸਾਡੇ ਇਹੋ ਜਿਹੇ ਮੈਸੇਜ ਜਾਣ ਉਹ ਵੀ ਪ੍ਰਚਾਰ ਹੈ ਆਖੋ ਸਾਧ ਉਹ ਵੀ ਪ੍ਰਚਾਰ ਔਰ ਤੁਸੀਂ ਜੇ ਸੰਗਤ ਕਰਦੇ ਆ ਪੰਜ ਸਾਲ ਹੋ ਗਏ ਸੱਤ ਸਾਲ ਹੋ ਗਏ ਤੁਸੀਂ ਵਕੀਲ ਹੋ ਵਕੀਲ ਇੱਕ ਅਨਪੜ੍ਹ ਬੰਦਾ ਗਲਤੀ ਕਰੇ ਉਹਦੀ ਸਜ਼ਾ ਘੱਟ ਹੈ ਵਕੀਲ ਕਰੇ ਉਹਦੀ ਸਜ਼ਾ ਜ਼ਿਆਦਾ ਵੀ ਤੈਨੂੰ ਕਾਨੂੰਨ ਪਤਾ ਆਖੋ ਸਾਧਨਾ ਤੁਸੀਂ ਹਰ ਵੀਰਵਾਰ ਕਾਨੂੰਨ ਸੁਣਦੇ ਹੋ ਤੁਹਾਨੂੰ ਪਤਾ ਤੇ ਯਕੀਨ ਕਰਿਓ ਸੰਗਤ ਕਰਨ ਵਾਲਾ ਜਦੋਂ ਕਿਸੇ ਨਾਲ ਧੋਖਾ ਕਰਦਾ ਨਾ ਤੇ ਪਤਾ ਨਹੀਂ ਕਿੰਨਿਆਂ ਨੂੰ ਤੋੜ ਦਿੰਦਾ ਉਹ ਟੁੱਟ ਜਾਂਦੇ ਨੇ ਕਈ ਵੀ ਸੰਗਤ ਕਰਨ ਵਾਲੇ ਧੋਖਾ ਕਰਦੇ ਫਿਰ ਅਸੀਂ ਤੇ ਰੱਜ ਕੇ ਕਰਾਂਗੇ ਸੰਗਤ ਕਰਨ ਵਾਲੇ ਨੂੰ ਇੱਕ ਇੱਕ ਕਦਮ ਫੂਕ ਫੂਕ ਕੇ ਤੁਰਨਾ ਚਾਹੀਦਾ ਮੇਰੇ ਕੋਲੋਂ ਕੋਈ ਇਹੋ ਜਿਹਾ ਕਦਮ ਨਾ ਪੁੱਟਿਆ ਜਾਵੇ ਜਿਹਦੇ ਨਾਲ ਹੋਰ ਵੀ ਕਈ ਰੂਹਾਂ ਬਾਜਾਂ ਵਾਲੇ ਦੇ ਅਸੂਲਾਂ ਤੋਂ ਟੁੱਟ ਜਾਣਗੇ ਗੱਜ ਕੇ ਆਖੋ ਸਰ ਉਹ ਰਸਗੁੱਲੇ ਦਾ ਰਸਾ ਉੱਥੇ ਆ ਜਾਓ ਉਹ ਬਹਿਰੇ ਨੇ ਜਾਣ ਕੇ ਡੋਲਿਓ ਉਹਨੇ ਗਲੋ ਫੜ ਲਿਆ ਕਹਿੰਦਾ ਅੱਜ ਜੇ ਮੈਨੂੰ ਵਾਰਡ ਨਾ ਮਿਲਣਾ ਹੁੰਦਾ ਤੈਨੂੰ ਮੈਂ ਜਾਨੋ ਮਾਰ ਦੇਣਾ ਸੀ ਮੈਨੂੰ ਵਾਰਡ ਮਿਲਣਾ ਮੇਰਾ ਕੁੜਤੇ ਤੇ ਮਿੱਠਾ ਡੋਲਤਾ ਹੀ ਆਖੋ ਸਾਧਨਾ ਪ੍ਰਬੰਧਕ ਆ ਗਏ ਕਹਿੰਦੇ ਮਹਾਰਾਜ ਤੁਹਾਡਾ ਵਾਰਡ ਕੈਂਸਲ ਹੈ ਆਖੋ ਸਾਧਨਾ ਉਹ ਕਹਿੰਦੇ ਕਿਉਂ ਕਹਿੰਦੇ ਆ ਰਸਾ ਡੋਲਿਆ ਨਹੀਂ ਜਾਣ ਕੇ ਡੁਲਾਇਆ ਆਖੋ ਸਾਧਨਾ ਇਹ ਡੋਲਿਆ ਨਹੀਂ ਜਾਣ ਕੇ ਡੁਲਾਇਆ ਤੁਹਾਨੂੰ ਚੈੱਕ ਕਰਨ ਲਈ ਅੰਦਰ ਕੀ ਤੇ ਬਾਹਰ ਕੀ ਆ ਸੁਥਲੇ ਸ਼ਾਹ ਦਾ ਪਰਚਾ ਲਾਲਾ ਜੀ ਨੇ ਭਜਨ ਸੁਣਾਇਆ ਸੀ ਛੋਟੇ ਸ਼ਹੀਦ ਇਹਨਾਂ ਦੇ ਮੋਬਾਈਲ ਤੇ ਆਈ ਸੀ ਕੋਈ ਵੀਡੀਓ ਯੂਪੀ ਵਾਲੇ ਬੰਨੇ ਦੀ ਬੱਸ ਤੇ ਉਹ ਕੰਡਕਟਰ ਟਿਕਟਾਂ ਕੱਟਣ ਡਿਆ ਕੋਈ ਬੱਸ ਦੇ ਉੱਤੇ ਸਵਾਰੀਆਂ ਬੈਠੀਆਂ ਕੋਈ ਥੱਲੇ ਬੈਠੀ ਉਹ ਬੱਸ ਨੇ ਇੱਕ ਟਿਕਟ ਕੱਟੀ ਇੱਕ ਕਥਾ ਕਰਨ ਵਾਲੇ ਦੀ ਗੁਰਸਿੱਖ ਦੀ ਹੁਣ ਟਿਕਟ ਸੀ 20 ਰੁਪਏ ਉਹਨੇ 100 ਦਾ ਨੋਟ ਦਿੱਤਾ ਇਹ ਵੀਡੀਓ ਆਈ ਕਿਸੇ ਨੇ ਪਾਈ ਹੁਣ ਕੰਡਕਟਰ ਨੇ 80 ਮੋੜਨੇ ਸੀ ਮੋੜੇ ਗਏ 90 ਹੁਣ ਉੱਤੋਂ ਟਿਕਟਾਂ ਕੱਟ ਕੇ ਥੱਲੇ ਆਇਆ ਥੱਲੇ ਆਪਣੀਆਂ ਬੱਸ ਤੁਰੀ ਜਾ ਰਹੀ ਹੁਣ ਜਦੋਂ ਉਹਦਾ ਅੱਡਾ ਆ ਗਿਆ ਨਾ ਉਸ ਸਵਾਰੀ ਦਾ ਉਹ ਸਵਾਰੀ ਜਦੋਂ ਥੱਲੇ ਉਤਰੀ ਨਾ ਉਤਰ ਕੇ ਕੰਡਕਟਰ ਨੂੰ ਇੰਜ 10 ਦਾ ਨੋਟ ਦੇ ਕੇ ਨਾ ਉਹ ਸਵਾਰੀ ਸਰਦਾਰ ਦਾੜਾ ਖੁੱਲਿਆ ਉਹ ਸਵਾਰੀ ਕੀ ਕਹਿੰਦੀ ਹੈ ਕਿ ਕੰਡਕਟਰ ਸਾਹਿਬ ਤੁਹਾਡੇ ਕੋਲ 10 ਰੁਪਈਏ ਵੱਧ ਆ ਗਏ ਤੁਸੀਂ ਮੈਨੂੰ 10 ਰੁਪਏ ਵੱਧ ਮੋੜਦੇ ਆ 20 ਰੁਪਏ ਟਿਕਟ ਸੀ 80 ਮੋੜਨੇ ਸੀ 90 ਮੋੜਦੇ ਅੱਗੋਂ ਕੰਡਕਟਰ ਹੱਸ ਪਿਆ ਕਹਿੰਦੇ ਗਿਆਨੀ ਜੀ 10 ਵੱਧ ਨਹੀਂ ਮੋੜੇ ਜਾਣ ਕੇ ਮੋੜੇ ਸੀ ਆਖੋ ਸਾਧਨਾ 10 ਗਲਤੀ ਨਾਲ ਨਹੀਂ ਤੁਹਾਨੂੰ ਵੱਧ ਆਏ ਦੇਖੋ ਇਹ ਦੁਨੀਆ ਇੰਜ ਚੈੱਕ ਕਰਦੇ ਲੋਕੀ ਸੰਗਤ ਜਾਣ ਵਾਲਿਆਂ ਨੂੰ ਉਹ ਗਿਆਨੀ ਕਹਿੰਦਾ ਜੀ ਕੀ ਕਹਿ ਰਹੇ ਹੋ ਕਹਿੰਦੇ 10 ਰੁਪਏ ਮੇਰੇ ਕੋਲ ਗਲਤੀ ਨਾਲ ਵੱਧ ਨਹੀਂ ਆਏ ਮੈਂ ਜਾਣ ਕੇ 10 ਰੁਪਏ ਵੱਧ ਦਿੱਤੇ ਕਿ ਤੁਸੀਂ ਦਾੜਾ ਵੀ ਖੋਲਿਆ ਗਿਆਨੀ ਧਿਆਨੀ ਹੋ
अज चेक करा बाजां आले दे सिख हक आ जे मोड़दे आ के ले जांदे आ। ओए होए ए किसे ने पाया जी मोबाइल ओ फिर बस ते चल पई ओ गुरुद्वारे अल मुक करके ओ ज्ञानी ओ शुकराने करी जावे गुरु गोबिंद सिंह जी आज मैं 10 रुपए पिछे जे डोल जांदा ते इस कंडक्टर ने सदा सदा लई टुट जाना सी ते कईयां दे लई इहदे हिरदे च आ जानी सी नफरत के संगत करन वाले भी इहो जिहे हुंदे गज के कह दिओ सतनाम जिन्नियां संगतां बैठियां ओ अंदर वेखदा की और याद रखियो तुहानू पता लगे ना लगे पर मैं प्यो दी जोरी कहना दुनिया बुरकियां गिणदी तुहाडियां बुरकियां तुसीं किवें चल रहे हो की कर रहे हो लोग बुरकियां तक गिण आ रायबरेली गया सी ओ जिस परिवार च रुकिया उन्हें प्रशादा छकाया इन्हां छकिया कीर्तन सी दो दिन रायबरेली कीते रात नूं अगले दिन फिर प्रशादा छकाया तो एक रखिया एक तो बाद दूजा देन लगे कहिंदे नहीं मैं एक ही छकना वो जेड़े परिवार प्रशादा दे रहे सी कहिंदे कल तो दो छके सी आखो मैं कहा शुकर आ क्या ही एक ही छकना है जे तू कह दिंदे ना मैं एको ही छकदा एक तो एको च कितना फर्क है आखो साहब मैं जे कह दिंदे एको ही छकदा फिर अंगड़ा ही कल तो दो छके सी मैं कहा शुकर है कि अज मैं एक ही छकना है वह कहिंदे कल उथों इहनू ज्ञान होया असीं समझदे हां किसे नूं की पता लगदा लोग बुरकियां तक गिणदे ऐ कि संगत करन वाला कीर्तन करन वाला कथा करन वाला भेख वाला कर की रहा गज के आखो सा आसी बाबा सुथरे शाह दा प्रचार ओनू उंगल विखाई कहिंदा चंडाल सुन विखाया कहिंदे तैनूं पता 15 बंदे मेरे नाल हां कहिंदे अज पता लग गया तू किन्ना क शीतल दास आखो सा महाराज गुरु हरगोबिंद साहब कहिंदे ओ सुथने ये की कर रहे हैं कहिंदा महाराज जी मैं चेक कर रहा सा ये वाके शीतल दास है इस करके दी अंदर दा क्रोध मैं बाहर ले आ रहा सा कि इन्हें ना अपना गलत रखे है एदा ना अग्नि दास जाइदा शीतल दास नहीं यकीन करियो ओहो जिन्हें चंडाल किया ओहो शीतल दास राइटर ने लिखे जिन्हें क्या 15 बंदे मेरे ओहो शीतल दास गुरु हरगोबिंद साहब दे चरणा दे ढह पिया कहिंदा महाराज तुहाडे भी मैं नमस्कार करना ते मैनू इहनू भी नमस्कार करन दी आग्या दे दिओ अज तुहाडे एक ए सादे जे प्यार वाले सिख ने मेरी जिंदगी दी बड़ी वड्डी मैल धोती कि ना दी लाज रखो आखो ये सुथरे शाह जी दे ना प्रचार करन दे ढंग निराले ये गल छेवें पातशाह हुण सुनो सतवें पातशाह भी नाल रहा अठवें पातशाह वेले भी नाल रहा भाई सुथरा जी नौवें पातशाह वेले भी नाल मन्नेगा जा जेकर सुन लो नौवें पातशाह वेले ना जी कीर्तन हो रहा कथा हो रही है ऐ रंग बजा गुरु तेग बहादुर बैठे है सुथरे शाह आया उन्हें भी मत्था टेकया ते लिखया वो जड़ी संगत माया चढ़ा दी वही ही ना वो चो दो पैसे चुक ले आखो साथ राणा दा प्रचार दा ढंग ही निराला जी दो पैसे चुक ले सारे हिल जुल हो गए ओ तेरा संगत दी माया चुक ले ओ सारा कथा कीर्तन समाप्ति हुई बस आ गए कहिंदे अज ते हुण अज काबू आया आखो सर अज इहदी क्लास लवाने आ ढंग सी उहनां दा ओह कट्ठे हो के आ गए कट्ठे हो के आ गए कहिंदे महाराज अज सुथरे ने ना दो पैसे चक ले संगत दी माया आखो सर
ਮਹਾਰਾਜ ਗੁਰੂ ਤੇਗ ਬਹਾਦਰ ਤੇ ਜਾਣੀ ਜਾਣ ਵੀ ਇਹਦੀ ਹਰ ਗੱਲ ਵਿੱਚ ਕੁਝ ਹੁੰਦਾ। ਮਹਾਰਾਜ ਨੇ ਬੁਲਾ ਲਿਆ ਸੁਥਰੇ ਸ਼ਾਹ ਨੂੰ, ਸੁਥਰਿਆ ਵਾਹ ਪੰਜ ਸੱਤ ਅੱਠ ਘੰਟੇ ਲੰਘ ਗਏ। ਮਹਾਰਾਜ ਬੁਲਾ ਲਿਆ, ਕਹਿੰਦੇ ਸੁਥਰਿਆ ਤੂੰ ਦੋ ਪੈਸੇ ਚੱਕੇ ਸੰਗਤ ਦੀ ਮਾਇਆ ਚ? ਕਹਿੰਦਾ ਹਾਂ ਮਹਾਰਾਜ ਚੱਕੇ। ਪਾਈਏ ਕਿਉਂ? ਆ ਸਾਰੇ ਲਾਂਭਾ ਲੈ ਕੇ ਆਏ ਕਿ ਵੇਖੋ ਜੀ ਇਹਨੇ ਦੋ ਪੈਸੇ ਚੱਕ ਲਏ ਮਾਇਆ ਤੇ। ਸੁਥਰਾ ਕਹਿੰਦਾ ਮਹਾਰਾਜ ਇਹ ਕਿੰਨੇ ਬੰਦੇ ਲਾਂਭਾ ਲੈ ਕੇ? ਮਹਾਰਾਜ ਕਹਿੰਦੇ ਆ ਖੜੇ ਆ ਦਸ ਬਾਰਾਂ ਹੈਗੇ। ਸੁਥਰਾ ਸ਼ਾਹ ਕਹਿੰਦਾ ਮਹਾਰਾਜ ਇਹਨਾਂ ਨੂੰ ਜਰਾ ਪੁੱਛੋ ਜਦੋਂ ਮੈਂ ਪੈਸੇ ਚੁੱਕੇ ਸ਼ਬਦ ਕਿਹੜਾ ਲੱਗਾ ਹੋਇਆ ਸੀ, ਜਦੋਂ ਮੈਂ ਪੈਸੇ ਚੁੱਕੇ ਪੰਕਤੀ ਕਿਹੜੀ ਚੱਲ ਰਹੀ ਸੀ? ਆਖੋ ਸਾਹਿਬ ਜਦੋਂ ਮੈਂ ਪੈਸੇ ਚੁੱਕੇ ਆ ਤੇ ਕਥਾ ਕਿਹੜੀ? ਸਾਰੀ ਚੁੱਪ ਵਿੱਚੋਂ ਪੰਜ ਸੱਤ ਦਸ ਘੰਟੇ ਬੀਤ ਚੁੱਕੇ ਸੀ। ਉਹ ਫਿਰ ਦਿਮਾਗ ਉਹਨਾਂ ਦਾ ਸਾਰਾ ਉੱਧਰ ਹੀ, ਦੋ ਪੈਸੇ ਹੱਲ ਰਿਹਾ। ਮਹਾਰਾਜ ਇਹਨਾਂ ਨੂੰ ਪੁੱਛੋ ਸ਼ਬਦ ਕਿਹੜਾ ਲੱਗਾ ਸੀ, ਕਥਾ ਕਿਹੜੀ ਲੱਗੀ, ਪੰਕਤੀ ਕਿਹੜੀ ਚੱਲ ਰਹੀ ਸੀ? ਸਾਰੀ ਲਾਜਵਾਬ ਬੋਲੋ ਭਾਈ ਕਿਹੜਾ ਸ਼ਬਦ? ਕਹਿੰਦੇ ਮਹਾਰਾਜ ਮੈਂ ਆ ਇਹਨਾਂ ਨੂੰ ਦੱਸਣਾ ਸੀ ਕਿ ਤੁਸੀਂ ਬੈਠੇ ਹੋ ਪਰ ਧਿਆਨ ਤੁਹਾਡਾ ਦੋ ਪੈਸੇ ਵੱਲ ਸਾਰਿਆਂ ਦਾ ਆ ਗਿਆ ਤੇ ਜਿਹੜਾ ਹੀਰਿਆਂ ਵਰਗਾ ਵਣਜ ਸਟੇਜ ਤੋਂ ਹੋ ਰਿਹਾ ਉਧਰ ਤੁਹਾਡੀ ਬਿਰਤੀ ਹੈ ਹੀ ਨਹੀਂ। ਕੈਸਾ ਸੀ ਸੁਤਰੇ ਸ਼ਾਹ ਦਾ ਪ੍ਰਚਾਰ ਦਾ ਢੰਗ ਕਹਿ ਦਿਓ ਗੱਜ ਕੇ ਸਾਥ ਉਹਦੀ ਹੈਰਾਨ ਹੋ ਗਏ। ਮੈਂ ਚਲੋ ਇਹਨੂੰ ਅਗਲੀ ਵਾਰੀ ਤੀਜਾ ਗੁਣ ਆ ਜਾਏਗਾ। ਇਹ ਦੂਜਾ ਗੁਣ ਸੀ ਵੀ ਇਹਨਾਂ ਦੇ ਪ੍ਰਚਾਰ ਦਾ, ਐ ਇੱਕ ਮਿੰਟ ਦਾ ਉਹ ਵੀ ਬੋਲਦਾ ਜਾਵਾਂ। ਭੋਗ ਤੋਂ ਬਾਅਦ ਨਾ ਇੱਕ ਵਾਰੀ ਦੇਗ ਫੜ ਲਈ ਸੁਥਰਾ ਸ਼ਾਹ ਜੀ ਨੇ, ਦੇਗ ਫੜ ਲਈ। ਹੁਣ ਕਿਸੇ ਨੂੰ ਐਡਾ ਖੁੱਲ੍ਹਾ ਗਫਾ ਕਿਸੇ ਨੂੰ ਇੰਨਾ ਕੁ ਦੇ, ਆਖੋ ਸਾਹ ਕਿਸੇ ਨੂੰ ਜ਼ਿਆਦਾ ਕਿਸੇ ਨੂੰ ਨਿਗਾਹ ਜਾ। ਮੈਂ ਗੁੱਸਾ ਚੜ ਗਿਆ, ਕਹਿੰਦੇ ਅੱਜ ਕਲਾਸ ਲੈਂਦੇ ਹਾਂ ਤੇਰੀ, ਆਖੋ ਸਾਧਨਾ ਅੱਜ ਲਾਉਂਦੇ। ਹੁਣ ਜਿਹਨਾਂ ਨੂੰ ਬਿਲਕੁਲ ਇਹਨਾਂ ਇਹਨਾਂ ਹੀ ਦਿੱਤਾ ਕਿਨਕਾ ਜਾਈ ਪਰਸ਼ਾ ਆ ਗਏ ਇਕੱਠੇ ਹੋ ਗਏ ਕਿ ਮਹਾਰਾਜ ਇਹ ਸੁਥਰੇ ਨੂੰ ਗਾਂਹ ਤੋਂ ਦੇਗ ਨਾ ਦਿਓ, ਆਖੋ ਸਾਧਨਾ। ਆ ਕੀ ਗੱਲ ਹੋਈ? ਮਹਾਰਾਜਾ ਵੇਖੋ ਕਈਆਂ ਨੂੰ ਐਡਾ ਐਡਾ ਖੁੱਲ੍ਹਾ ਗਫਾ, ਕਈਆਂ ਨੂੰ ਮਹਾਰਾਜਾ ਬਸ ਪੋਟੇ ਜਿੰਨਾ ਹੀ ਦੇ ਕੇ ਲੰਘੇ, ਆਖੋ ਸਾਧਨਾ। ਸਾਨੂੰ ਇਹਨੇ ਵੇਖੋ ਪੋਟੇ ਚ ਨਹੀਂ। ਮਹਾਰਾਜ ਬੁਲਾ ਲਿਆ, ਸੁਥਰੇ ਆ ਕਿਉਂ? ਮਹਾਰਾਜ ਅੱਜ ਮੇਰਾ ਦਿਲ ਕੀਤਾ ਇਹਨਾਂ ਨੂੰ ਸਾਰਿਆਂ ਨੂੰ ਵੇਖਾਂ, ਕਥਾ ਕੀਰਤਨ ਦਾ ਪ੍ਰਸ਼ਾਦ ਲੈਣ ਆਉਂਦੇ ਨੇ ਕਿ ਦੂਜੇ ਪ੍ਰਸ਼ਾਦ ਚ ਫਸੇ ਪਏ? ਇੱਕ ਜਕਾਰਾ ਦੇ ਦਿਓ ਪਿਆਰ। ਇਹ ਫਿਰ ਰਾਈਟਰਾਂ ਨੇ ਲਿਖਿਆ ਜੀ, ਸੁਥਰੇ ਸ਼ਾਹ ਦੇ ਬੋਲ ਨੇ, ਜਿਨ ਕੀ ਸੁਰਤੀ ਪ੍ਰਸ਼ਾਦ ਮੈਂ ਜਿਨ ਕੀ ਸੁਰਤੀ ਪ੍ਰਸ਼ਾਦ ਮੈਂ ਕਿਆ ਭਜੇਂਗੇ ਨਾ। ਸੁਥਰੇ ਸ਼ਾਹ ਦੇ ਬੋਲ ਨੇ, ਹੁਣ ਲੈ ਲਿਓ ਤੁਸੀਂ ਗੱਲ ਸਮਝ ਆ, ਮੈਂ ਉਹਨੂੰ ਵੇਰਵਾ ਨਹੀਂ ਦੇ ਰਿਹਾ। ਲੰਗਰ ਵੀ ਛਕਣਾ ਪਰ ਆਹ ਲੰਗਰ ਨਾ ਰਹਿ ਜੇ, ਆਹ ਨਾ ਰਹਿ ਜੇ। ਅਸੀਂ ਬਾਹਰ ਨਿਊਟਰੀ ਚਾਵਲ ਰੱਖਿਆ ਦੂਲੇ, ਕਈ ਵਾਰੀ ਪਰਿਵਾਰ ਵੱਡਾ ਹੋ ਜਾਂਦਾ, ਕਈ ਵਾਰੀ ਕੋਈ ਦਿਹਾੜਾ ਦੂੜਾ ਹੁੰਦਾ ਤੇ ਕਈ ਵਾਰੀ ਪਰਿਵਾਰ ਵੱਡਾ ਹੋ ਜਾਂਦਾ ਤੇ ਹੁਣ ਬਾਹਰ ਪੰਜਾਬਾਂ ਨੂੰ ਨਹੀਂ ਮਿਲੇ, ਹੁਣ ਉਹਨਾਂ ਦੇ ਦੂਜੇ ਲਾਂਭੇ ਸ਼ੁਰੂ ਹੋ ਜਾਂਦੇ। ਲਓ ਜੀ ਕੀ ਪ੍ਰਬੰਧ ਤੁਹਾਡਾ? ਹੱਕ ਸਾਥ ਉੱਤੇ ਉੱਠਣਾ, ਆਹ ਪ੍ਰਸ਼ਾਦ ਕਿੰਨਾ ਕੁ ਛਕਿਆ, ਗੱਜ ਕੇ ਆਖੋ ਸਾਥ। ਕਥਾ ਕੀਰਤਨ ਦਾ ਉਹ ਵੀ ਲੋੜ ਹੈ, ਸੁਥਰੇ ਨੇ ਆ ਦਿੱਤਾ।
जिनकी सुरती प्रसाद में क्या भजेंगे नाम। सुथरे शाह संतोष बिन संतोष ही नहीं, सुथरे शाह संतोष बिन बिगड़ जाएंगे काम। जिनकी सुरती प्रसाद में क्या भजेंगे नाम। सुथरे शाह संतोष बिन बिगड़ जाएंगे काम। राज राज भोजन खाओ मेरे भाई, आ भोजन आखो साथ आप हो जाए। इस कथा कीर्तन दे भोजन रज रज के खाने ए सुथरे शाह दे हर प्रचार दा ढंग। हुण तुसी गुस्सा ना करियो, अज में प्रकाश है ना, आपां कीर्तन कर रहे हैं। वो पिट करके बह गए आखो साथ, तुहाडे जो को पिट करके बह जाए किन्ना गुस्सा चढ़ेगा। सारे शिकायत लै गए, महाराज आ वेखो कथा कीर्तन चल रहा है, पिट करके महाराज कहते छेवें पास सुतरिया की नवा काम करता ही आखो साल। पिट करके क्यों बैठा सी? कहना महाराज कथा च ना चपेड़ा बड़िया बजदियां आखो साल। निंदा ना करो चपेड़, ईरखा ना करो चपेड़, द्वेश ना रखो चपेड़, लेट ना उठो चपेड़। कहना महाराज पता नहीं किवें खाई जाते हैं, ना सिर लाई जाते हैं, मेरे को खाइया नहीं जाने, मैं पिट कर ली आखो साथ। बाबा ईशर सिंह जी भजन सुना दे, गुस्सा ना करो गल प्यार दी आ। कई बार इंज कीर्तन बंदा इंज हो बाबा जी सिद्धे साधी जट कम जी बाबा जी फलाने कहते कहते जो मर्जी गाई जाओ नहीं मनना, नहीं मनना आखो साधना सुना के मनना। ए निकी जी कौतक च सुथरा शाह कईयां दे अंदर हिला जांदा सी, दे जांदा सी। वाके जेड़ी तेरी कमजोरी होवे ओ कई वारी चपेड़ वजदी ए, ओ चपेड़ जेड़ी वजे ओ कोशिश कर अगां ओ कमजोरी नू गुरु दा आसरा लेके दूर कर ले। तेरी भी आई जा। हुण मैं आईब्रो वाल भी जाना सी नंगे सिर वाल भी, पर हुण टाइम नहीं, तुसीं आपे समझ जाना। कई वारी चपेड़ा वजदियां आईब्रो दियां, नंगे सिर दियां, लेट उठण दियां। ए सुथरा शाह आ प्रचार मारा पता नहीं किवें खाई जाते हैं, नौ साल हो गए आईब्रो भी बनाई जाते, आई भी जाते आखो सतना, सुनी भी जाते गज के आखो सतना। आ सी उन्हें महाराज फिर संगत नूं दस दे भाई सुन लो ये कथा करके नहीं, ये आऊं दस के प्रचार करदा कि भी जो सुनते हो कई वारी विच चपेड़ां पैंदियां, रोज खाई जाओगे उन्हूं हुण मनना भी है। कह दिओ गज के जकारा दिओ बाबा सुधर शाह प्यार। आओ जी कोई वांझा ना रहे, सारे कृपा करो जी। गुरमुख परे उपकारी बिरलाया, गुरमुख परे उपकारी बिरलाया, गुरमुख परे उपकारी बिरलाया। Oh,
ਨਾਨਕ ਜੀ ਦੀ। ਭਾਈ ਸਾਹਿਬ ਭਾਈ ਗੁਰਿਕਪਾਲ ਸਿੰਘ ਜੀ ਅਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਚੈਰੀਟੇਬਲ ਟਰਸਟ ਵੱਲੋਂ ਸੱਤਵੀਂ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਨੂੰ ਸਮਰਪਿਤ 6ਵਾਂ ਜਪ ਤਪ ਅਰਦਾਸ ਸਮਾਗਮ 10 ਅਗਸਤ 2019 ਦਿਨ ਸ਼ਨੀਵਾਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਤ ਮਹਾਪੁਰਸ਼ ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਕੀਰਤਨੀਏ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਸੱਤਵੀਂ ਲਹਿਰ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਦੇ ਸੰਬੰਧ ਵਿੱਚ ਆਪ ਜੀ ਤੋਂ ਸਤਿਗੁਰੂ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸ਼੍ਰੀ ਜਪਜੀ ਸਾਹਿਬ ਅਤੇ ਗੁਰੂ ਮੰਤਰ ਜਾਪ ਵਾਹਿਗੁਰੂ ਵਾਹਿਗੁਰੂ ਜੀ ਦੀ ਕਿੰਨੀ ਸੇਵਾ ਲਈ ਹੈ। ਆਪ ਜੀ ਨੇ 10 ਅਗਸਤ ਦਿਨੇ ਕਿਸੇ ਵੀ ਸਮੇਂ ਇਹਨਾਂ ਨੰਬਰਾਂ ਤੇ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ।